ਤਾਨਾ ਗੁਰੂ ਬੋਬਨ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ 2040 ਤੱਕ ਪ੍ਰਵਾਸੀ ਕਰਨਗੇ ਪੰਜਾਬ ਦੇ ਵਿੱਚ ਰਾਜ ਹੋਸ਼ ਉੱਡ ਜਾਣਗੇ ਆਪਾਂ ਇਸ ਚੀਜ਼ ਨੂੰ ਥੋੜਾ ਜਿਹਾ ਸਮਝਣਾ ਹੈ ਹੁਣ ਕਈ ਕਹਿੰਦੇ ਨੇ ਜਿਹਦਾ ਪ੍ਰਵਾਸੀਆਂ ਦੀ ਮਗਰ ਪੈ ਮਗਰ ਪ੍ਰਵਾਸੀਆਂ ਦੇ ਨਹੀਂ ਪਏ ਪ੍ਰਵਾਸੀਆਂ ਨਾਲ ਕੋਈ ਲੜਾਈ ਨਹੀਂ ਹੈਗੀ ਜਿਹੜੀ ਗੱਲ ਤੇ ਅਸਲ ਦੇ ਵਿੱਚ ਇਹ ਹੈ ਸਮਝਣ ਵਾਲੀ ਕਿ ਆਪਣੇ ਆਪ ਦੀ ਜਿਹੜੀ ਵਜੂਦਗੀ ਹੈ ਨਾ ਸਾਡਾ ਆਪਣਾ ਆਪ ਹੈ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ ਹੈ ਆਪਾਂ ਇਸ ਵਿਸ਼ੇ ਤੇ ਜਿਹੜੀਆਂ ਬੇਨਤੀਆਂ ਸਾਂਧੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਜੀ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰੂ ਨੇ ਇਸੇ ਕਰਕੇ ਕਿਹਾ ਸੀ ਕਿ ਪਿਆਰਿਓ ਯਾਦ ਰੱਖਿਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਤਿਗੁਰੂ ਕਹਿੰਦੇ ਨੇ ਸਾਰੇ ਸਿੱਖਾਂ ਨੂੰ ਇਹ ਹੁਕਮ ਹੈ ਸਿੱਖ ਆਪਾਂ ਸਾਰੇ ਆ ਗੁਰਸਿੱਖ ਉਦੋਂ ਬਣਦਾ ਜਦੋਂ ਉਹ ਪੰਜ ਪਿਆਰਿਆਂ ਤੋਂ ਖੰਡੇ ਵਾਟੇ ਕੀ ਪੌਲ ਛੱਡ ਲੈਂਦਾ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਦੇ ਸਮਾਂ ਬਣਿਆ ਤਾਂ ਆਪਾਂ ਬੇਨਤੀਆਂ ਜ਼ਰੂਰ ਕਰਾਂਗੇ ਸਾਧ ਸੰਗਤ ਸਤਿਗੁਰ ਕੀਂਦੇ ਨੇ ਕਿ ਸਾਰੇ ਸਿੱਖਾਂ ਨੂੰ ਹੁਕਮ ਹੈ ਪੂਰੀ ਕੁੱਲ ਲੋਕਾਈ ਨੂੰ ਇਹ ਹੁਕਮ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨੋ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੇ ਵਿੱਚ ਸਫਲ ਨਹੀਂ ਹੋਏ ਹੁਣ ਤੁਸੀਂ ਕਹੋਗੇ ਜੀ ਕਿਵੇਂ ਪੰਜਾਬ ਦੀ ਹਾਲਤ ਅੱਜ ਕੀ ਹੈ ਨਸ਼ਿਆਂ ਦਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਿਆ ਹੁੰਦਾ ਅਸੀਂ ਨਸ਼ੇ ਨਹੀਂ ਸੀ ਕਰਨੇ ਅਸੀਂ ਠੱਗੀਆਂ ਠੋਰੀਆਂ ਨਹੀਂ ਸੀ ਕਰਨੀਆਂ ਅਸੀਂ ਗਲਤ ਕੰਮ ਨਹੀਂ ਸੀ ਕਰਨੇ ਅਸੀਂ ਇੱਕ ਦੂਜੇ ਨਾਲ ਪ੍ਰੇਮ ਭਾਵਨਾ ਬਣਾ ਕੇ ਰੱਖਣੀ ਸੀ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਪਿਆਰਿਓ ਨਹੀਂ ਅਸੀਂ ਤਾਂ ਡੇਰਿਆਂ ਨੂੰ ਤਰਜੀ ਦਿੱਤੀ ਬਾਬਿਆਂ ਨੂੰ ਤਰਜੀ ਦਿੱਤੀ ਹੋਰ ਪਤਾ ਨਹੀਂ ਕਿਹੜੇ ਕਿਹੜੇ ਲੋਕਾਂ ਨੂੰ ਅਸੀਂ ਤਰਜੀ ਦਿੱਤੀ ਪਹਿਲ ਕਦਮੀਆਂ ਦਿੱਤੀਆਂ ਹਾਲਾਂਕਿ ਸਾਡਾ ਜਿਨ੍ਹਾਂ ਨਾਲ ਸਬੰਧ ਹੀ ਕੋਈ ਨਹੀਂ ਅਸੀਂ ਉਹਨਾਂ ਲੋਕਾਂ ਨੂੰ ਪਹਿਲ ਕਦਮੀਆਂ ਦੇ ਦਿੱਤੀਆਂ ਅਸੀਂ ਉਹਨਾਂ ਨੂੰ ਆਪਣੇ ਗੁਰੂ ਦੇ ਸ਼ਰੀਕ ਬਣਾ ਦਿੱਤਾ ਉਹਨਾਂ ਨੂੰ ਪੂਜ ਪੂਜ ਕੇ ਉਹਨਾਂ ਨੂੰ ਰੱਬ ਦੇ ਦਰਜੇ ਦੇ ਦਿੱਤੇ ਸੋ ਸਾਧ ਸੰਗਤ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਆਪਣਾ ਗੁਰੂ ਮੰਨ ਲਿਆ ਮੈਂ ਬੇਨਤੀ ਕਰਦਾ ਜੋ ਅੱਜ ਹਾਲਾਤ ਨੇ ਨਾ ਸਾਡੇ ਵੀ ਪ੍ਰਵਾਸੀ ਦੂਜੇ ਰਾਜਾਂ ਦੇ ਲੋਕ ਆ ਕੇ ਸਾਡੇ ਘਰ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਇਹ ਸਭ ਤੋਂ ਵੱਡੀ ناکامی ਸਾਡੀ ਹੈ ਪਿਆਰਿਓ ਸਾਡੀ ਹੈ ਅੱਜ ਸੜਕਾਂ ਤੇ ਬੈਠ ਕੇ ਰੋਸ ਮੁਜ਼ਾਹਰੇ ਕਰਨੇ ਪੈ ਰਹੇ ਨੇ ਧਰਨੇ ਦੇਣੇ ਪੈ ਰਹੇ ਨੇ ਸਰਕਾਰਾਂ ਤੋਂ ਆਪਣੀ ਗੱਲ ਮੰਨਵਾਉਣ ਦੇ ਲਈ ਪਰ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਅਸੀਂ ਉਹ ਸਮਾਂ ਭੁੱਲ ਗਏ ਅਸੀਂ ਉਹ ਦਿਨ ਭੁੱਲ ਗਏ ਕਿ ਸਾਧ ਸੰਗਤ ਜਦੋਂ ਗੁਰੂ ਨੇ ਕਿਹਾ ਸੀ ਆਪਣੇ ਸਿਧਾਂਤ ਤੇ ਪੱਕੇ ਰਹੋ ਜਬ ਇਹ ਗਹਿ ਵਿਪਰਨ ਕੀ ਰੀਤ ਤੋ ਮੈਂ ਨਾ ਕਰੋਂ ਕੀ ਪ੍ਰਤੀ ਤੋ ਵੋਟਾਂ ਆਉਂਦੀਆਂ ਨੇ ਤੇ ਅਸੀਂ ਬੋਤਲਾਂ ਪਿੱਛੇ ਬਿਕ ਜਾਂਦੇ ਆਂ ਚਾਰ ਛਿਲਣਾ ਪਿੱਛੇ ਅਸੀਂ ਬਿਕ ਜਾਂਦੇ ਆਂ ਅਸੀਂ ਸਹੀ ਬੰਦੇ ਦੀ ਕਦਰ ਨਹੀਂ ਕਰਦੇ ਮੈਨੂੰ ਮਾਫ਼ ਕਰਿਓ ਗੱਲ ਕਹਿਣੀ ਪੈ ਰਹੀ ਹੈ ਗੱਲ ਸੱਚੀ ਵੀ ਹੈ ਪਿਆਰਿਓ ਫਿਰ ਅਸੀਂ ਸੜਕਾਂ ਤੇ ਬੈ ਕੇ ਧਰਨੇ ਲਾਉਣੇ ਆ ਜੀ ਆਹ ਗਲਤ ਹੋ ਗਿਆ ਜੀ ਐ ਹੋ ਗਿਆ ਫਲਾਨਾ ਹੋ ਗਿਆ ਸਾਥ ਸੰਗਤ ਜਿੰਨੇ ਮਰਜ਼ੀ ਬੈਠ ਕੇ ਸੜਕਾਂ ਤੇ ਧਰਨੇ ਲਾ ਲਓ ਫਿਰ ਮਸਲੇ ਹੱਲ ਨਹੀਂ ਹੁੰਦੇ ਜਦੋਂ ਫੈਸਲਾ ਕਰਨ ਦਾ ਮੌਕਾ ਹੁੰਦਾ ਉਦੋਂ ਅਸੀਂ ਜ਼ਮੀਰਾਂ ਬੇਸੁੱਟਦੇ ਆ ਪ੍ਰਵਾਸੀਆਂ ਦਾ ਪੰਜਾਬ ਦੇ ਵਿੱਚ ਆਉਣਾ ਤੇ ਅੱਜ ਕਾਬਜ ਹੋ ਜਾਣਾ ਤੇ ਉਹਨਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੀ ਇਹ ਸਭ ਤੋਂ ਵੱਡਾ ਮੁੱਦਾ ਪਤਾ ਕੀ ਇੱਥੇ ਨਾਕਾਮ ਰਹੇ ਆ ਅਸੀਂ ਕਿਉਂਕਿ ਅਸੀਂ ਉਹਨਾਂ ਲੋਕਾਂ ਨੂੰ ਇੱਥੇ ਸ਼ਰਨ ਦਿੱਤੀ ਕੋਈ ਨਾ ਜੀ ਇਹ ਤਾਂ ਪਰਦੇਸੀ ਨੇ ਮੈਂ ਇਹ ਕਹਿੰਦਾ ਤਰਸ ਖਾਓ ਪਰ ਕੁਝ ਹੱਦ ਤੱਕ ਖਾਓ ਇਹ ਨਾ ਹੋਵੇ ਉਹਨਾਂ ਨੂੰ ਅਸੀਂ ਘਰੀ-ਵਾੜ ਲੀਏ ਵੀ ਹਾਂ ਤਾਂ ਬਿਲਕੁਲ ਜੀ ਅਸੀਂ ਆਪਣੇਆਂ ਨਾਲ ਲੜਦੇ ਆਂ ਤੇ ਉਹਨਾਂ ਨੂੰ ਅਸੀਂ ਖੋਲੋਸਦੇ ਆਂ ਇਹੀ ਗੱਲ ਸੇਮ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਮੇਰੀ ਬੇਨਤੀ ਨੂੰ ਸਮਝੋ ਮੈਂ ਜਿਹੜੀ ਗੱਲ ਕਰਨ ਜਾ ਰਿਹਾ ਆਂ ਸਾਧ ਸੰਗਤ ਮਹਾਰਾਜਾ ਰਣਜੀਤ ਸਿੰਘ ਨੇ ਆਪਣੇਆਂ ਨੂੰ ਬਗਾਨੇ ਸਮਝਿਆ ਤੇ ਬਗਾਨਿਆਂ ਨੂੰ ਡੋਗਰਿਆਂ ਨੂੰ ਆਪਣੇ ਸਮਝਿਆ ਇਹੀ ਗਲਤੀ ਕੀਤੀ ਸਭ ਤੋਂ ਵੱਡੀ ਇਸੇ ਕਰਕੇ ਸਿੱਖਾਂ ਦਾ ਰਾਜ ਗਿਆ ਸਿੱਖ ਰਾਜ ਦਾ ਸੂਰਜ ਡੁੱਬਿਆ ਤੋਂ ਅੱਜ ਪਰਵਾਸੀਆਂ ਨੂੰ ਇੱਥੇ ਲਿਆਉਣਾ ਸਰਕਾਰਾਂ ਵੱਲੋਂ ਉਹਨਾਂ ਨੂੰ ਨੈਸਲਿਟੀ ਦਿੱਤੀ ਜਾਣੀ ਉਹਨਾਂ ਦੇ ਵੋਟਰ ਕਾਰਡ ਰਾਸ਼ਨ ਆਈਡੀ ਸਭ ਕੁਝ ਬਣਾ ਕੇ ਦੇਣਾ ਇਹ ਸਭ ਤੋਂ ਵੱਡੀ ਜਿਹੜੀ ਇੱਕ ਸਾਜ਼ਿਸ਼ ਹੈ ਜਿਸ ਤਰ੍ਹਾਂ ਖਾਲਸਾ ਰਾਜ ਗਿਆ ਸਾਧ ਸੰਗਤ ਖਾਲਸਾ ਰਾਜ ਇਸ ਸੰਸਾਰ ਤੋਂ ਗਿਆ ਖਾਲਸਾ ਰਾਜ ਜਾਣ ਪਿੱਛੇ ਕਾਰਨ ਪਤਾ ਕੀ ਹੈ ਇੱਕ ਸਭ ਤੋਂ ਵੱਡਾ ਨੈਕਸਸ ਸੀ ਕਿ ਉਹਨਾਂ ਲੋਕਾਂ ਨੂੰ ਇੱਥੇ ਲਿਆ ਕੇ ਕਾਬਜ਼ ਕਰਾ ਦੇਣਾ ਔਰ ਹਾਲਾਂਕਿ ਉਹਨਾਂ ਲੋਕਾਂ ਦੇ ਨਾਲ ਇਹ ਸਬੰਧ ਰੱਖਣੇ ਕਿ ਭਾਈ ਤੁਸੀਂ ਇੱਥੇ ਕਾਬਜ਼ ਹੋ ਜੋ ਹੌਲੀ-ਹੌਲੀ ਰਾਜ ਹੋ ਗਿਆ ਜੀ ਉਹਨਾਂ ਲੋਕਾਂ ਦਾ ਸਾਧ ਸੰਗਤ ਇਹ ਸਭ ਤੋਂ ਵੱਡੀ ਇੱਕ ਪਹਿਲ ਕਦਮੀ ਸੀ ਅੱਜ ਪ੍ਰਵਾਸੀਆਂ ਨੂੰ ਇੱਥੇ ਲਿਆਉਣਾ ਇਹ ਸਭ ਤੋਂ ਵੱਡੀ ਸ਼ਾਇਦ ਇਹੀ ਗੱਲ ਦਾ ਸੰਕੇਤ ਹੈ ਕਿ ਹੌਲੀ-ਹੌਲੀ ਤੁਹਾਡਾ ਰਾਜ ਹੋ ਜਾਏਗਾ ਇੱਕ ਵਾਰੀ ਪੰਜਾਬ ਦੇ ਵਿੱਚ ਵੜ ਦੋ ਖਾਂ ਅਸੀਂ ਬੇਨਤੀ ਕਰ ਰਹੇ ਹਾਂ ਵੀ ਆਉਣ ਵਾਲੇ ਸਮੇਂ ਨੂੰ ਸਮਝੀਏ ਨਾਜ਼ਾਕਤ ਨੂੰ ਸਮਝੀਏ ਬੜੀਆਂ ਥਾਵਾਂ ਤੇ ਜਿਹੜੇ ਨੇ ਕਤਲ ਹੋ ਰਹੇ ਨੇ ਪ੍ਰਵਾਸੀਆਂ ਵੱਲੋਂ ਪੰਜਾਬੀਆਂ ਦੇ ਉਹਨਾਂ ਧੀਆਂ ਭੈਣਾਂ ਦੇ ਨਾਲ ਬੇਪਤੀਆਂ ਹੋ ਰਹਿਣ ਹਲੇ ਵੀ ਜਾਗ ਜਾਓ ਸਮਾਂ ਹੈ ਇਹਨਾਂ ਲੋਕਾਂ ਨੂੰ ਇੱਥੇ ਕੁਝ ਹੱਦ ਤੱਕ ਰੱਖੋ ਕੁਝ ਹੱਦ ਤੱਕ ਇਹਨਾਂ ਲੋਕਾਂ ਨੂੰ ਜਿਹੜਾ ਹੈ ਸਮਝੋ ਬਹੁਤਾ ਇੱਥੇ ਕੁਝ ਕਰਨ ਦੀ ਲੋੜ ਨਹੀਂ ਹੈਗੀ ਤੇ ਹਾਲਾਂਕਿ ਇਹਨਾਂ ਲੋਕਾਂ ਨੂੰ ਪ੍ਰਵਾਸ ਤੱਕ ਸੀਮਤ ਰੱਖੋ ਘਰ ਦੇ ਵਿੱਚ ਵਾਸ ਕਰਾਉਣ ਤੱਕ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ